ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 15 ਵਿੱਚ ਅੱਜ ਆਪਾਂ ਸਤਿਗੁਰੂ ਜੀ ਦੀ ਤੀਰ ਨਾਲ ਚਿੱਠੀ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਪਿਆਰੀ ਸਾਹ ਸੰਗਤ ਜੀ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਅਤੇ ਤੁਰਕਾਂ ਦੀਆਂ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ। ਉਹਨਾਂ ਨੇ ਸਤਿਗੁਰੂ ਜੀ ਦੇ ਉੱਪਰ ਤੋਪਾਂ ਨਾਲ ਕਈ ਵਾਰ ਕੀਤੇ, ਪਰ ਸਾਰੇ ਵਾਰ ਵਿਅਰਥ ਜਾਂਦੇ ਰਹੇ। ਭਲਾ ਪਰਮਾਤਮਾ ਨੂੰ ਵੀ ਕੋਈ ਜਿੱਤ ਸਕਦਾ ਹੈ? ਸ਼੍ਰੀ ਅਨੰਦਪੁਰ ਸਾਹਿਬ ਦੇ ਜਿੰਨੇ ਵੀ ਰਾਹ ਸਨ ਉਹ ਸਾਰੇ ਪਹਾੜੀ ਰਾਜਿਆਂ ਅਤੇ ਤੁਰਕਾਂ ਨੇ ਬੰਦ ਕੀਤੇ ਹੋਏ ਸਨ। ਜਿਹੜੇ ਸਿੰਘ ਉਹਨਾਂ ਰਾਹਾਂ 'ਤੇ ਆਉਂਦੇ ਸਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜਾਣਾ ਚਾਹੁੰਦੇ ਸਨ, ਉਹਨਾਂ ਨੂੰ ਤੁਰਕ ਰੋਕਦੇ ਸਨ ਅਤੇ ਨਾਲੇ ਉਹਨਾਂ ਨੂੰ ਡਰਾਉਂਦੇ ਸਨ, ਜੇ ਆਓਗੇ ਤਾਂ ਲੁੱਟ ਲਵਾਂਗੇ। ਨੇੜੇ ਪਿੰਡਾਂ ਅਤੇ ਸ਼ਹਿਰਾਂ ਦੇ ਜਿਹੜੇ ਲੋਕ ਸਨ ਸਾਰਿਆਂ ਵਿੱਚ ਢੰਡੋਰਾ ਫੇਰ ਦਿੱਤਾ, ਜਿਹੜਾ ਵੀ ਅਨੰਦਪੁਰ ਵਿੱਚ ਕੁਝ ਪਹੁੰਚਾਏਗਾ ਉਹ ਉੱਚੀ ਸਜ਼ਾ ਪਾਵੇਗਾ। ਉਹਨਾਂ ਨਾਲ ਕਿਸੇ ਪ੍ਰਕਾਰ ਦਾ ਵਪਾਰ ਨਾ ਕਰੋ, ਜੋ ਵਪਾਰ ਕਰੇਗਾ ਸੌਦਾ ਦੇਵੇਗਾ ਜਾਂ ਲਵੇਗਾ, ਜਿਹੜਾ ਲੁਕ ਛਿਪ ਕੇ ਕਰੇਗਾ ਪ੍ਰਗਟ ਹੋਣ 'ਤੇ ਉਸਨੂੰ ਫੜ ਲਵਾਂਗੇ ਅਤੇ ਉਹਨਾਂ ਦੇ ਘਰ ਲੁੱਟ ਲਵਾਂਗੇ। ਰੋਪੜ ਅਤੇ ਹੁਸ਼ਿਆਰਪੁਰ ਨਗਰਾਂ ਨੂੰ ਇਸ ਪ੍ਰਕਾਰ ਸਭ ਨੂੰ ਰੋਕ ਲਿਆ। ਦੂਰ ਦੂਰ ਚਾਰੇ ਪਾਸੇ ਡੇਰੇ ਲਾ ਕੇ ਅਨੰਦਪੁਰ ਆਉਣ 'ਤੇ ਡਰ ਉਤਪੰਨ ਕੀਤਾ। ਇਸ ਪ੍ਰਕਾਰ ਘੇਰਾ ਪਾ ਕੇ ਲਸ਼ਕਰ ਨੂੰ ਉਤਾਰਿਆ ਅਤੇ ਕੋਈ ਵੀ ਆ ਜਾ ਨਹੀਂ ਸੀ ਸਕਦਾ। ਕਦੀ ਕਦੀ ਖਾਲਸਾ ਇੱਧਰ ਉੱਧਰ ਚੜ੍ਹਦਾ ਸੀ, ਜਿਹੜਾ ਵੈਰੀ ਅੱਗੋਂ ਅੜਦਾ ਸੀ ਉਸ ਨਾਲ ਯੁੱਧ ਕਰਦੇ ਸਨ। ਬਹੁਤ ਤੋਪਾਂ ਬੰਦੂਕਾਂ ਅਤੇ ਤੀਰ ਚੱਲਦੇ ਸਨ ਅਤੇ ਮਰਨ ਮਾਰਨ ਹੁੰਦਾ ਸੀ। ਪ੍ਰਤੀ ਦਿਨ ਸੈਂਕੜੇ ਤੁਰਕ ਮਰ ਜਾਂਦੇ ਸਨ, ਜਿਹੜੇ ਸਾਹਮਣੇ ਹੋ ਕੇ ਪ੍ਰਾਣ ਗਵਾ ਲੈਂਦੇ ਸਨ। ਕਦੀ ਕਦੀ ਜਦ ਅਚਾਨਕ ਨੇੜੇ ਹੋ ਜਾਂਦੇ ਸਨ ਤਾਂ ਦੋਵੇਂ ਪਾਸਿਆਂ ਤੋਂ ਬੰਦੂਕਾਂ ਚੱਲਦੀਆਂ ਸਨ। ਸ਼੍ਰੀ ਅਜੀਤ ਸਿੰਘ ਜੀ ਸਾਹਿਬਜ਼ਾਦੇ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾਇਆ ਅਤੇ ਕਿਹਾ, ਸਾਵਧਾਨ ਬਣੇ ਰਹੋ ਅਤੇ ਕੇਸਗੜ੍ਹ ਜਾ ਕੇ ਵੈਰੀਆਂ ਨੂੰ ਮਾਰੋ। ਆਪਣੇ ਨਾਲ 500 ਸਿੰਘ ਰੱਖੋ ਅਤੇ ਬਾਹਰ ਦੂਰ ਤੱਕ ਨਾ ਜਾਓ। ਉੱਥੇ ਜਿਹੜਾ ਵੀ ਵੈਰੀ ਨੇੜੇ ਆਵੇ ਉਸਨੂੰ ਬੰਦੂਕਾਂ ਚਲਾ ਕੇ ਮਾਰ ਦਿਓ। ਰਾਤ ਸਮੇਂ ਜਾਗਦੇ ਰਹੋ ਅਤੇ ਵੈਰੀਆਂ ਨੂੰ ਵੇਖੋ ਅਤੇ ਉਹਨਾਂ ਦੀ ਪੂਰੀ ਖਬਰਸਾਰ ਰੱਖੋ। ਆਪਣੀਆਂ ਬੰਦੂਕਾਂ ਸਦਾ ਤਿਆਰ ਰੱਖੋ ਅਤੇ ਹਿੰਦੂ ਤੁਰਕ ਵੈਰੀਆਂ ਨੂੰ ਮਾਰ ਲਓ। ਆਪਣੇ ਪਿਤਾ ਜੀ ਦਾ ਹੁਕਮ ਸੁਣ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਮੋਰਚੇ ਵਿੱਚ ਰਹਿਣ ਲੱਗੇ। ਸ਼ਸਤਰਾਂ ਨੂੰ ਫੜ ਕੇ ਸਦਾ ਸੁਚੇਤ ਰਹਿੰਦੇ ਸਨ ਅਤੇ ਆਪਣੇ ਵੈਰੀ ਦਾ ਬਹੁਤ ਵਿਨਾਸ਼ ਕਰਦੇ ਸਨ। ਨਾਹਰ ਸਿੰਘ ਅਤੇ ਸ਼ੇਰ ਸਿੰਘ ਦੋਵਾਂ ਨੂੰ ਲੋਹਗੜ੍ਹ ਵਿੱਚ ਛੱਡ ਦਿੱਤਾ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 500 ਸਿੰਘਾਂ ਨੂੰ ਆਪਣੇ ਨਾਲ ਲੈ ਕੇ ਨਿਤ ਘੋਰ ਸੰਘਰਸ਼ ਕਰਦੇ ਸਨ। ਵੈਰੀ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ, ਸਾਰੇ ਇਕੱਠੀਆਂ ਬੰਦੂਕਾਂ ਛੱਡਦੇ ਸਨ। ਜਦ ਬਾਹਰ ਹੁੰਦੇ ਸਨ ਤਾਂ ਯੁੱਧ ਕਰਕੇ ਬਹੁਤ ਵੈਰੀਆਂ ਨੂੰ ਮਾਰਦੇ ਸਨ। ਗੁਰਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਦੇ ਸਨ ਅਤੇ ਸਦਾ ਗੁਰੂ ਪਰਵਾਸੇ ਜਿਉਂਦੇ ਸਨ। ਨਗਰ ਦੇ ਅੱਗੇ ਆਲਮ ਸਿੰਘ ਯੋਧਾ 500 ਸਿੰਘ ਨਾਲ ਲੈ ਕੇ ਸ਼ਸਤਰ ਫੜ ਕੇ ਸੁਚੇਤ ਰਹਿੰਦਾ ਸੀ ਅਤੇ ਵੈਰੀ ਨੂੰ ਪਾਸ ਆਉਣ ਨਹੀਂ ਸੀ ਦਿੰਦਾ। ਭਾਈ ਉਦੇ ਸਿੰਘ ਜੀ ਵੱਡੇ ਬਲਵਾਨ ਬਹਾਦਰ ਯੋਧੇ, ਉਹ ਉੱਚੇ ਦਮਦਮੇ ਵਿੱਚ ਰਹਿੰਦੇ ਸਨ। ਉਹ 100 ਸਿੰਘ ਨਾਲ ਲੈ ਕੇ ਵੈਰੀਆਂ ਦੇ ਸਿਰ ਭਾਂਦੇ ਸਨ। ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ, ਇਹ ਦੋਨੇ ਯੋਧੇ ਹੋਲਗੜ੍ਹ ਵਾਲੇ ਸਥਾਨ 'ਤੇ ਨਿਯੁਕਤ ਸਨ। 400 ਸਿੰਘ ਆਪਣੇ ਨਾਲ ਰੱਖ ਕੇ ਉਹ ਸਦਾ ਸਾਵਧਾਨ ਰਹਿੰਦੇ ਸਨ। ਗੁਰੂ ਜੀ ਆਪ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ ਅਤੇ ਕਦੀ ਕਦੀ ਦੀਵਾਨ ਲਾਉਂਦੇ ਸਨ। ਜਦ ਤੁਰਕਾਂ ਨਾਲ ਘਮਸਾਨ ਆ ਪੈਂਦਾ ਸੀ ਤਾਂ ਆਪਣੇ ਆਪ ਨੂੰ ਵਿਖਾਉਂਦੇ ਸਨ। ਪਹਾੜੀਆਂ ਵਾਲੇ ਪਾਸੇ ਭਾਈ ਦਇਆ ਸਿੰਘ ਰਹਿ ਕੇ ਵੱਡੀ ਤਕੜਾਈ ਰੱਖਦੇ ਸਨ। ਇਸ ਪ੍ਰਕਾਰ ਸਤਿਗੁਰੂ ਜੀ ਨੇ ਆਪਣੇ ਸਾਰੇ ਸੂਰਬੀਰਾਂ ਨੂੰ ਮੋਰਚਿਆਂ ਵਿੱਚ ਸਥਾਪਿਤ ਕੀਤਾ ਹੋਇਆ ਸੀ। ਦੱਖਣ ਵਾਲੇ ਪਾਸੇ ਦਿੱਲੀ ਦੇ ਸੂਬੇ ਦਾ ਲਸ਼ਕਰ ਸੀ, ਜਿਹੜੇ ਨਗਰ ਤੱਕ ਫੈਲੇ ਹੋਏ ਸਨ। ਦੋਵੇਂ ਸੂਬਿਆਂ ਨੇ ਆਪਸ ਵਿੱਚ ਸਲਾਹ ਕਰਕੇ ਪੂਰਬ ਵਾਲੇ ਪਾਸੇ ਡੇਰਾ ਕੀਤਾ ਹੋਇਆ ਸੀ। 5ਵੇਂ ਪਾਸੇ ਲਾਹੌਰ ਦੀ ਸੈਨਾ ਨੇ ਆਪਸ ਵਿੱਚ ਮਿਲ ਕੇ ਡੇਰੇ ਲਾਏ ਹੋਏ ਸਨ। ਵਿੱਚ ਥੋੜ੍ਹੀ ਵੀ ਵਿੱਥ ਨਹੀਂ ਸੀ ਰੱਖੀ, ਇਸ ਪ੍ਰਕਾਰ ਦ੍ਰਿੜਤਾ ਨਾਲ ਘੇਰਾ ਪਾਇਆ ਹੋਇਆ ਸੀ। ਉੱਧਰ ਪਹਾੜਾਂ ਵਾਲੇ ਪਾਸੇ ਪਹਾੜੀ ਰਾਜਿਆਂ ਦੀ ਵੱਡੀ ਸੈਨਾ ਸਾਵਧਾਨ ਹੋ ਕੇ ਪਈ ਸੀ। ਇਸ ਪ੍ਰਕਾਰ ਹੀ ਚਾਰੇ ਪਾਸੇ ਕਈ ਰੰਗਾਂ ਦੇ ਉੱਚੇ ਝੰਡੇ ਝੂਲਦੇ ਸਨ।
ਹਾਥੀ ਝੰਗਾੜਦੇ ਸਨ, ਘੋੜੇ ਹਿਣਕਦੇ ਸਨ ਤੇ ਊਂਟ ਉੱਚੀ ਆਵਾਜ਼ ਵਿੱਚ ਅੜਾਉਂਦੇ ਸਨ। ਜਿੱਥੇ ਕਿੱਥੇ ਲੱਕੜ ਤੇ ਘਾਹ ਮੁੱਕ ਗਿਆ, ਬਹੁਤ ਦੂਰ ਦੂਰ ਤੋਂ ਲਿਆਉਂਦੇ ਸਨ। ਸਿੰਘਾਂ ਦੀ ਸੈਨਾ ਅਤੇ ਅਨਾਜ ਦੇਸ਼ਾਂ ਵਿਦੇਸ਼ਾਂ ਵਿੱਚੋਂ ਬਹੁਤ ਚੱਲ ਕੇ ਆਉਂਦਾ ਸੀ, ਪਰ ਸਿੰਘਾਂ ਅਤੇ ਅਨਾਜ ਨੂੰ ਅੰਦਰ ਪ੍ਰਵੇਸ਼ ਨਹੀਂ ਸੀ ਕਰਨ ਦਿੰਦੇ। ਚਾਰੇ ਪਾਸੇ ਤਕੜਾਈ ਕੀਤੀ ਹੋਈ ਸੀ। ਸਾਰੇ ਮੂਰਖਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਇਸ ਪ੍ਰਕਾਰ ਘੇਰਿਆ ਹੋਇਆ ਸੀ। ਰਾਤ ਨੂੰ ਸਿੰਘ, ਪਹਾੜੀਏ ਅਤੇ ਤੁਰਕ ਆਪਣੇ ਆਪਣੇ ਮੋਰਚਿਆਂ ਵਿੱਚ ਰਹਿੰਦੇ ਸਨ। ਦਿਨ ਸਮੇਂ ਸਾਰੇ ਰਾਜੇ ਅਤੇ ਉਹਨਾਂ ਦੇ ਵਜ਼ੀਰ ਸੂਬਿਆਂ ਦੇ ਪਾਸ ਜਾਂਦੇ ਸਨ। ਉੱਥੇ ਜਾ ਕੇ ਅਨੇਕਾਂ ਵਿਧੀਆਂ ਬਣਾਉਣ ਦੀਆਂ ਗੱਲਾਂ ਕਰਦੇ ਸਨ ਅਤੇ ਅਨੇਕਾਂ ਯਤਨ ਬਣਾਉਂਦੇ ਸਨ। ਇੱਧਰ ਸਤਿਗੁਰੂ ਜੀ ਦੇ ਪਾਸ ਦੋਵੇਂ ਸਮੇਂ ਭਲੇ ਸਿੰਘ ਚੱਲ ਕੇ ਆਉਂਦੇ ਸਨ। ਗੁਰੂ ਜੀ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਬੜੇ ਪ੍ਰਸੰਨ ਹੁੰਦੇ ਸਨ ਅਤੇ ਬੰਧਨਾ ਕਰਕੇ ਸਿਰ ਨਿਵਾਉਂਦੇ ਸਨ। ਅੰਦਰ ਅਨਾਜ, ਲੂਣ, ਘਿਓ ਆਦਿ ਜਿਹੜਾ ਵੀ ਵਰਤੋਂ ਵਿੱਚ ਆਉਂਦਾ ਸੀ, ਉਹ ਸਾਰਾ ਹੀ ਬਾਹਰ ਤੋਂ ਆਉਣਾ ਬੰਦ ਹੋ ਗਿਆ ਅਤੇ ਕੁਝ ਵੀ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਇੱਕ ਦਿਨ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਭਾ ਲਾ ਕੇ ਬੈਠੇ ਸਨ। ਗੁਰੂ ਜੀ ਦੇ ਸਿਰ 'ਤੇ ਫੇਰਦੇ ਨੂੰ ਸਾਰੀ ਸੈਨਾ ਨੇ ਵੇਖਿਆ। ਸੈਨਾ ਵਾਲੇ ਦੂਰ ਦੂਰ ਤੱਕ ਦ੍ਰਿਸ਼ਟ ਲਾ ਕੇ ਇੱਧਰ ਉੱਧਰ ਵੇਖਦੇ ਸਨ। ਤੰਬੂ, ਸ਼ਾਮੀਆਨੇ ਅਤੇ ਬਹੁਤ ਝੰਡੇ ਜਿੱਥੇ ਕਿੱਥੇ ਦ੍ਰਿਸ਼ਟੀ ਵਿੱਚ ਆਉਂਦੇ ਸਨ। ਸਿੰਬਲ ਦਾ ਇੱਕ ਬ੍ਰਿਸ਼ ਸੀ ਜਿਹੜਾ ਵੱਡੇ ਵੱਡੇ ਟਾਹਣੇ ਸਮੇਤ ਸੀ। ਉਹ ਵਿਸਥਾਰ ਸਹਿਤ ਬਹੁਤ ਉੱਚਾ ਸੀ ਅਤੇ ਉਸਦੇ ਪੱਤਿਆਂ ਦੀ ਬੜੀ ਸੰਘਣੀ ਛਾਂ ਸੀ। ਉਸ ਦਰਖਤ ਦੇ ਥੱਲੇ ਦੋਵੇਂ ਸੂਰਮੇ ਠਹਿਰੇ ਹੋਏ ਸਨ ਜਿਹੜੇ ਉਸ ਸਮੇਂ ਚੌਪੜ ਦੀ ਖੇਡ ਖੇਡ ਰਹੇ ਸਨ। ਭੀਮ ਚੰਦ ਅਤੇ ਭੂਮ ਚੰਦ ਆਦਿ ਪਹਾੜੀ ਰਾਜੇ ਉਹਨਾਂ ਦੇ ਪਾਸ ਬੈਠੇ ਸਨ। ਉੱਥੇ ਸਾਰੇ ਪਹਾੜੀ ਰਾਜੇ ਆਪਣੇ ਵਜ਼ੀਰਾਂ ਸਮੇਤ ਇਕੱਠੇ ਹੋ ਕੇ ਸਭਾ ਸਹਿਤ ਬੈਠੇ ਸਨ। ਹਿਰਦੇ ਵਿੱਚ ਬੜੇ ਪ੍ਰਸੰਨ ਹੋ ਕੇ ਸੂਬਿਆਂ ਦੀ ਖੁਸ਼ਾਮਦ ਕਰ ਰਹੇ ਸਨ ਅਤੇ ਕਈ ਪ੍ਰਕਾਰ ਦੀਆਂ ਚਾਪਲੂਸੀਆਂ ਵਾਲੀਆਂ ਗੱਲਾਂ ਕਰ ਰਹੇ ਸਨ। ਗੁਰੂ ਜੀ ਦੇ ਅੱਗੇ ਭਾਰੀ ਕਠੋਰ ਧਨੁੱਖ ਪਿਆ ਸੀ। ਉਸਨੂੰ ਗੁਰੂ ਜੀ ਨੇ ਆਪਣੇ ਹੱਥ ਵਿੱਚ ਲਿਆ। ਸੋਨੇ ਦੀ ਮੁੱਠੀ ਲੱਗੇ ਵਾਲਾ ਇੱਕ ਸੁੰਦਰ ਤਿੱਖਾ ਤੀਰ ਹੱਥ ਵਿੱਚ ਲਿਆ। ਤਦ ਉਸ ਤੀਰ ਨੂੰ ਪੱਥੇ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਉਸਨੂੰ ਧਨੁੱਖ ਦੇ ਚਿਲੇ ਵਿੱਚ ਰੱਖ ਕੇ ਧਨੁੱਖ ਨੂੰ ਫਿਰ ਸਾਰੇ ਜ਼ੋਰ ਨਾਲ ਕੰਨਾਂ ਤੱਕ ਖਿੱਚ ਕੇ ਛੱਡਿਆ ਤਾਂ ਉਸ ਸਮੇਂ ਬਹੁਤ ਉੱਚੀ ਆਵਾਜ਼ ਪੈਦਾ ਹੋਈ। ਨਿਸ਼ਾਨਾ ਵੇਖ ਕੇ ਜਿੱਥੇ ਸੂਬੇ ਬੈਠੇ ਹੋਏ ਸਨ ਉਸ ਪਾਸੇ ਸਤਿਗੁਰੂ ਜੀ ਨੇ ਤੀਰ ਨੂੰ ਛੱਡ ਦਿੱਤਾ। ਜਿਸ ਪਲੰਘ ਉੱਤੇ ਦੋਵੇਂ ਸੂਬੇ ਬੈਠੇ ਸਨ ਉਸ ਪਲੰਘ ਦੇ ਇੱਕ ਪਾਵੇ ਵਿੱਚ ਤੀਰ ਜਾ ਕੇ ਲੱਗਾ। ਤੀਰ ਲੱਗ ਕੇ ਉਹ ਪਾਵਾ ਤੁਰੰਤ ਫਟ ਗਿਆ ਅਤੇ ਉੱਥੇ ਬੈਠੇ ਸਾਰੇ ਤ੍ਰਭਕ ਕੇ ਉੱਠ ਖੜ੍ਹੇ ਹੋਏ। ਤਿੱਖੇ ਤੀਰ ਦਾ ਫਿਰ ਨਿਰੀਖਣ ਕੀਤਾ ਅਤੇ ਕਹਿਣ ਲੱਗੇ, ਇਹ ਤੀਰ ਗੁਰੂ ਜੀ ਨੇ ਮਾਰਿਆ ਹੈ। ਜ਼ਬਰਦਸਤ ਖਾਂ ਨੇ ਆਪਣੇ ਹੱਥ ਨਾਲ ਪਾਵੇ ਵਿੱਚੋਂ ਕੱਢਿਆ ਅਤੇ ਵਜ਼ੀਦ ਖਾਨ ਨੂੰ ਕਹਿਣ ਲੱਗਾ, ਜਿਸ ਦਾ ਇੱਥੋਂ ਤੱਕ ਤੀਰ ਪਹੁੰਚ ਗਿਆ ਹੈ ਉਸ ਵਿੱਚ ਕਿੰਨੀ ਸ਼ਕਤੀ ਹੋਵੇਗੀ? ਇੱਕ ਮਨੁੱਖੀ ਅੰਗਾਂ ਵਿੱਚ ਭਲਾ ਕਿੱਥੇ ਇੰਨਾ ਜ਼ੋਰ ਹੈ? ਇੱਥੋਂ ਅਨੰਦਪੁਰ ਸਾਹਿਬ 250 ਦੂਰ ਹੈ ਜਿੱਥੋਂ ਬੈਠ ਕੇ ਇਹ ਵਾਰ ਕੀਤਾ ਹੈ। ਇਹ ਮਨੁੱਖਾ ਸਰੀਰ ਦਾ ਕਮਾਲ ਨਹੀਂ ਹੈ, ਇਹ ਕਿਸੇ ਕਰਾਮਾਤ ਕਰਕੇ ਭਾਰੀ ਬਲ ਪ੍ਰਾਪਤ ਹੋਇਆ ਹੈ। ਤੀਰ ਦਾ ਪਿਛਲਾ ਹਿੱਸਾ ਸ੍ਰੇਸ਼ਟ ਰਤਨਾਂ ਨਾਲ ਜੜਿਆ ਹੋਇਆ ਹੈ। ਉਸਨੂੰ ਵੇਖ ਕੇ ਸਭ ਨੇ ਤੀਰ ਦੀ ਸ਼ਲਾਘਾ ਕੀਤੀ। ਫੌਲਾਦੀ ਤੀਰ ਦੇ ਪਿਛਲੇ ਪਾਸੇ ਸੋਨਾ ਲੱਗਾ ਹੋਇਆ ਹੈ। ਤੀਰ ਦੀ ਮੁਖੀ ਹੱਥ ਦੀ ਤਲੀ ਵਾਂਗ ਚੌੜੀ ਹੈ, ਕਿਹੜਾ ਮਨੁੱਖ ਇਸ ਨੂੰ ਚਲਾ ਸਕਦਾ ਹੈ? ਕਰਾਮਾਤ ਸਹਿਤ ਗੁਰੂ ਜੀ ਹਨ ਜਿਹੜੇ ਤੀਰ ਨੂੰ ਐਡੀ ਦੂਰ ਪਹੁੰਚਾ ਸਕਦੇ ਹਨ। ਕਹੋ ਜੇ ਇਹ ਕਿਸੇ ਦੇ ਲੱਗ ਜਾਵੇ ਤਾਂ ਉਹ ਕਿਵੇਂ ਬਚ ਸਕਦਾ ਹੈ? ਇਹ ਤਾਂ ਜਿਵੇਂ ਤੋਪ ਦਾ ਗੋਲਾ ਹੈ। ਹੁਣ ਅਸੀਂ ਸਾਰੇ ਘਬਰਾ ਉੱਠੇ ਹਾਂ, ਖੁਦਾ ਨੇ ਮੇਰੇ ਸਰੀਰ ਨੂੰ ਰੱਖ ਲਿਆ ਹੈ। ਤਦ ਚੌਪੜ ਦੀ ਖੇਡ ਨੂੰ ਛੱਡ ਦਿੱਤਾ ਕਹਿ ਕੇ ਸਾਰੇ ਹੈਰਾਨ ਹੋ ਰਹੇ ਸਨ। ਜਦ ਦੂਰਬੀਨ ਲਾ ਕੇ ਵੇਖਿਆ ਤਾਂ ਅੱਗੇ ਗੁਰੂ ਜੀ ਸ਼ੋਭ ਰਹੇ ਸਨ। ਸਭਾ ਸਹਿਤ ਸਾਰਿਆਂ ਨੇ ਵੇਖਿਆ, ਸੁੰਦਰ ਚੌਰ ਗੁਰੂ ਜੀ ਦੇ ਸਿਰ ਉੱਤੇ ਇੱਧਰ ਉੱਧਰ ਫਿਰ ਰਿਹਾ ਸੀ। ਪਾਸ ਤੀਰਾਂ ਸਹਿਤ ਧਨੁੱਖ ਬਾਣ ਧਰਿਆ ਸੀ ਜਿਹੜਾ ਬੜਾ ਹੀ ਸੁੰਦਰ ਸ਼ੋਭ ਰਿਹਾ ਸੀ। ਜਿਵੇਂ ਵੀ ਸੂਬਿਆਂ ਅਤੇ ਪਹਾੜੀ ਰਾਜਿਆਂ ਨੇ ਆਪਸ ਵਿੱਚ ਮਿਲ ਕੇ ਗੱਲਾਂ ਕੀਤੀਆਂ, ਉਸ ਤਰ੍ਹਾਂ ਹੀ ਪ੍ਰਭੂ ਸਤਿਗੁਰੂ ਜੀ ਸਭ ਕੁਛ ਆਪਣੇ ਚਿੱਤ ਵਿੱਚ ਜਾਣ ਗਏ। ਫਿਰ ਇੱਕ ਕਾਗਜ਼ ਲੈ ਕੇ ਸਤਿਗੁਰੂ ਜੀ ਨੇ ਉਸ ਉੱਤੇ ਫਾਰਸੀ ਹਰਫ ਲਿਖੇ ਅਤੇ ਉਸ ਉੱਤੇ ਵੈਰੀਆਂ ਦਾ ਚੰਗੀ ਤਰ੍ਹਾਂ ਬਿਰਤਾਂਤ ਲਿਖ ਦਿੱਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।